दंडोत बंदन के बार सर्व कला समरथ दोलन ते राखो प्रभु नानक दे हाँ कुर्बान जाओ मेहरबाना हाँ कुर्बान हम कुर्बान जाऊं तिना के नैन जो तेरा नाम हम कुर्बान जाऊं तिना के जो तेरा
कुर्बान है जाऊं तेरा घर में।
कुर्बान है जाऊं दिना के ले जो तेरा नाम जो तेरा नाम जो तेरा नाम दिना के हाँ सतगुर thank you.
संता का संत Oh.
ਸਨਮਾਨਯੋਗ ਸਤਸੰਗੀ ਜਨੋ, 2 ਵਜੇ ਤੱਕ ਮੈਂ ਆਪ ਸੰਗਤ ਦੇ ਨਾਲ ਮਿਲ ਕੇ ਕੀਰਤਨ ਕਰ ਰਿਹਾ ਹਾਂ। ਤੋ ਥੋੜ੍ਹਾ ਕੁ ਸਮਾਂ ਹੋਰ ਬੈਠੋ, ਮੈਨੂੰ ਪਤਾ ਤੁਸੀਂ ਬੜੀ ਦੇਰ ਦੇ ਬੈਠੇ ਹੋ ਅਤੇ ਥੱਕ ਗਏ ਹੋ। ਉਂਝ ਸ਼ਬਦ ਵਿੱਚ ਸੁਰਤ ਰੱਖੋਗੇ ਅਤੇ ਤਦ ਤੱਕ ਨਹੀਂ ਥੱਕੋਗੇ। ਥਕਾਵਟ, ਪੇਨ, ਦਰਦ, ਪੀੜ ਜਦੋਂ ਧਿਆਨ ਚਲਿਆ ਜਾਂਦਾ ਉਸ ਥਾਂ 'ਤੇ ਉਦੋਂ ਹੀ ਹੁੰਦੀ ਹੈ। ਧਿਆਨ ਦੂਸਰੇ ਪਾਸੇ ਲਗਾ ਲਓਗੇ ਤਾਂ ਫਿਰ ਕੁਛ ਵੀ ਨਹੀਂ, ਨਾ ਗੋਡੇ ਦੁਖਣਗੇ, ਨਾ ਥਕਾਵਟ ਹੋਏਗੀ, ਨਾ ਕੋਈ ਪੀੜ ਹੋਏਗੀ। ਸੋ ਸ਼ਬਦ ਵਿੱਚ ਧਿਆਨ ਰੱਖੋ ਅਤੇ ਮਿਲ ਕੇ ਗਾਈਏ ਆਪਾਂ, ਜਿਵੇਂ ਤੁਸੀਂ ਗਾ ਹੀ ਰਹੇ ਹੋ, ਬੜਾ ਚੰਗਾ ਲੱਗ ਰਿਹਾ ਹੈ ਜੀ। ਔਰ ਮੇਰੇ ਨਾਲ ਭਾਈ ਸੁਰਿੰਦਰ ਸਿੰਘ ਜੀ, ਉਹਨਾਂ ਦੇ ਵੀਰ ਭਾਈ ਜੋਗਿੰਦਰ ਸਿੰਘ ਜੀ, ਭਾਈ ਬਲਵੀਰ ਸਿੰਘ ਜੀ, ਅਮਨ ਜੀ, ਗਗਨਦੀਪ ਔਰ ਬੇਟੀ ਜੱਸੂ ਨਾਲ ਬੈਠੀ ਹੋਈ ਹੈ, ਬੜਾ ਚੰਗਾ ਲੱਗ ਰਿਹਾ ਹੈ। ਔਰ ਇਹੀ ਜਮਾਤ ਕਰਾ ਕਮਾਤ ਹੁੰਦੀ ਹੈ, ਜੋ ਵਿੱਚੋਂ ਰਸ ਆ ਰਿਹਾ ਹੈ। ਆ ਰਿਹਾ ਨਾ ਤੁਹਾਨੂੰ ਕਿ ਨਹੀਂ? ਆਵੇਂ ਤਾਂ ਮੈਂ ਆਪਣੇ ਵੱਲੋਂ ਕਹੀ ਜਾਵਾਂ। ਸੋ ਆ ਰਿਹਾ ਨਾ, ਹੈ ਨਾ? ਹਾਂ। ਸੋ ਇਸੇ ਨੂੰ ਨਾਮ ਰਸ ਆਖਦੇ, ਇਸ ਨੂੰ ਬਾਣੀ ਦਾ ਰਸ ਆਖਦੇ ਹਨ। ਅਤੇ ਆਓ ਮਿਲ ਕੇ ਗਾਈਏ ਜੀ। ਗੱਲੇ ਜੋਗ ਨਾ ਹੋਈ, ਗੱਲੇ ਜੋਗ ਨਾ ਹੋਈ, ਗੱਲੇ ਜੋਗ ਨਾ ਹੋਈ, ਗੱਲੇ ਜੋਗ ਨਾ ਹੋਈ, ਇੱਕ ਦ੍ਰਿਸ਼ਟ ਕਰ ਸੰਸਰ ਜਾਣੈ, ਇੱਕ ਦ੍ਰਿਸ਼ਟ ਕਰ ਸੰਸਰ ਜਾਣੈ, ਜੋਗੀ ਕਹੀਏ ਸੋਈ, ਜੋਗੀ ਕਹੀਏ ਸੋਈ, ਗੱਲੀ ਜੋਗ ਨ ਹੋਈ, ਜੋਗ ਨਾ ਖਿੰਦਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਭਸਮ ਚੜਾਈਐ, ਜੋਗ ਨਾ ਖਿੰਦਾ, ਜੋਗ ਨਾ ਡੰਡਾ, ਜੋਗ ਨਾ ਭਸਮ ਚੜਾਈਐ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਦੀ ਮੂੰਡ ਮੁੰਡਾਇਆ, ਜੋਗ ਨਾ ਸਿੰਘੀ ਬਾਈਐ, ਜੋਗ ਨ ਸਿੰਘੀ ਬਾਈਐ, ਜੋਗ ਨਾ ਮੁੰਦੀ ਮੂੰਡ
ਜੋਗ ਨ ਸਿੰਨੇ ਵਾਇਆ ਜੋਗ ਨ ਸਿੰਨੇ ਵਾਇਆ ਅੰਜਨ ਮਾਹੇ ਨਿਰੰਜਨ ਰਹੀਆ ਅੰਜਨ ਮਾਹੇ ਨਿਰੰਜਨ ਰਹੀਆ ਜੋਗ ਜੁਗ ਤੇ ਵਪਾਈਆ ਗੱਲੀ ਜੋਗ ਨਾ ਬਾਹਰ ਮੜੇ ਮਸਾਣੇ ਜੋਗ ਨ ਤਾੜੀ ਲਾਈਏ ਜੋਗ ਨ ਤਾੜੀ ਲਾਈਏ ਜੋਗ ਨਾ ਬਾਹਰ ਮੜੇ ਮਸਾਣੇ ਜੋਗ ਨ ਤਾੜੀ ਲਾਈਏ ਜੋਗ ਨ ਤਾੜੀ ਲਾਈਏ ਜੋਗ ਨ ਦੇ ਸਿੱਧ ਸੰਤਰ ਪਵੇ ਜੋਗ ਨ ਤੀਰਥ ਨਾਈਏ ਜੋਗ ਨ ਤੀਰਥ ਨਾਈਏ ਜੋਗ ਨ ਦੇ ਸਿੱਧ ਸੰਤਰ ਪਵੇ ਜੋਗ ਨ ਤੀਰਥ ਨਾਈਏ ਜੋਗ ਨ ਤੀਰਥ ਨਾਈਏ ਅੰਜਨ ਮਾਹੇ ਨਿਰੰਜਨ ਰਹੀਏ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗ ਦੇਵ ਪਾਈਏ ਇੱਕ ਦ੍ਰਿਸ਼ਟ ਕਰ ਸੰਸਰ ਜਾਣੇ ਇੱਕ ਦ੍ਰਿਸ਼ਟ ਕਰ ਸੰਸਰ ਜਾਣੇ ਜੋ ਕੀ ਕਹੀਏ ਸੋਈਆਂ ਜੋ ਕੀ ਕਹੀਏ ਸੋਈ ਗੱਲੀ ਜੋਗ ਨਾ ਸਤਿਗੁਰ ਭੇਟ ਤਸ ਸਤੂਟ ਤਾਵਤ ਵਰਜ ਰਹਾਈਐ ਤਾਵਤ ਵਰਜ ਰਹਾਈਐ ਸਤਿਗੁਰ ਭੇਟ ਤਸ ਸਤੂਟ ਤਾਵਤ ਵਰਜ ਰਹਾਈਐ ਤਾਵਤ ਵਰਜ ਰਹਾਈਐ ਨਿਚਰਚਰ ਸਹਜ ਧੁਨ ਲਾਗੈ ਘਰ ਹੀ ਪਰਜਾ ਪਾਈਐ ਘਰ ਹੀ ਪਰਜਾ ਪਾਈਐ ਚਰ ਚਰ ਸਹਿਜ ਧੁਨ ਲਾਗੈ ਘਰ ਹੀ ਪਰਚਾ ਪਾਈਐ ਘਰ ਹੀ ਪਰਚਾ ਪਾਈਐ ਅੰਜਨ ਮਾਹੇ ਨਿਰੰਜਨ ਰਹੀਐ ਅੰਜਨ ਮਾਹੇ ਨਿਰੰਜਨ ਰਹੀਐ ਜੋਗ ਜੁਗ ਦੇਵ ਪਾਈਐ ਗੱਲੀ ਨਾਨਕ ਜੀਵਤ ਅਮਰ ਰਹੀਐ ਐਸਾ ਜੋਗ ਕਮਾਈਐ ਐਸਾ ਜੋਗ ਕਮਾਈਐ ਨਾਨਕ ਜੀਵਤ ਅਮਰ ਰਹੀਐ ਐਸਾ ਜੋਗ ਕਮਾਈਐ ਐਸਾ ਜੋਗ ਕਮਾਈਐ ਵਾਜੇ ਭਜੂ ਸਿੰਘੀ ਵਾਜੈ ਤਉ ਨਿਰਭਉ ਪਦ ਪਾਈਐ ਤਉ ਨਿਰਭਉ ਪਦ ਵਾਜੇ ਬਾਜੂ ਸਿੰਘੀ ਵਾਜੈ ਤਉ ਨਿਰਭਉ ਪਦ ਪਾਈਐ ਤਉ ਨਿਰਭਉ ਪਦ ਪਾਈਐ ਅੰਜਨ ਮਾਹੇ ਨਿਰੰਜਨ ਰਹੀਐ
ਕਉ ਪਾਈਐ ਗੱਲੀ ਜੋਗ ਨਾ ਹੋਈ ਗੱਲੀ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਰ ਜਾਣ ਇੱਕ ਦ੍ਰਿਸ਼ਟ ਕਰ ਸੰਸਰ ਜਾਣ ਜੋਗੀ ਕਹੀਏ ਸੋਈ ਜੋਗੀ ਕਹੀਏ ਸੋਈ ਗੱਲੀ ਜੋਗ ਨਾ ਹੋਈ ਗੱਲੀ ਜੋਗ ਨਾ ਹੋਈ ਗੱਲੀ ਜੋਗ ਨਾ ਹੋਈ ਗੱਲੀ ਜੋਗ ਨਾ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਲਹਿਰਾਵੈ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਲਹਿਰਾਵੈ ਭਗਤ ਜਨਾ ਕੋ ਦੇਹੁਰਾ ਪਿਰੈ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਪਿਰੈ ਭਗਤ ਜਨਾ ਕੋ ਦੇਹੁਰਾ ਪਿਰੈ ਹਸ ਖਿਲਤ ਤੇਰੇ ਦੇਹੁਰਿਆ ਭਗਤ ਕਰਤ ਨਾਮ ਪਕਰ ਉਠਾ ਹਸ ਖਿਲਤ ਤੇਰੇ ਦੇਹੁਰਿਆ ਭਗਤ ਕਰਤ ਨਾਮ ਉਠਾ ਭਗਤ ਕਰਤ ਨਾਮਾ ਪਕਰ ਉਠਾਇਆ ਜੋ ਜੋ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਹੀਨੜੀ ਜਾਤ ਮੇਰੀ ਜਾਤ ਮਰਾਇਆ ਚੀਪੇ ਕੇ ਜਨਮ ਕਾਹੇ ਕੁਆਇਆ ਜਾਤ ਮੇਰੀ ਜਾਤ ਮਰਾਇਆ ਛੀਪੇ ਕੇ ਜਨਮ ਕਾਹੇ ਕੁਆਇਆ ਛੀਪੇ ਕੇ ਜਨਮ ਕਾਹੇ ਕੁਆਇਆ ਜਿਉਂ ਜਿਉਂ ਨਾਮ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਪਿਰੈ ਹਰ ਗੁਣ ਉਚਰੈ ਭਗਤ ਜਨਾ ਕੋ
देहो राफिले चलो पलटा देहरा पांच बटा जा कमली चलो पलटा देहरा पांच बटा जाए ले कमली चलो पलटाए देहोरे पाछे बैठा जाए ले कमली चलो ले कमली चलो पलटाए कमली चलो पलटाए देहरा पाछ बैठा जाए जो जो नाम हर गुण उचरे भगत जना को देहरा ले कमली चलो पलटाए देहरा पांच बटा जाए देहरा पांच बटा जाए जो जो नाम हर गुण उचरे भगत जना को देहरा साढ़े बड़े सत्कारयोग भैन जी बीबी रजिंदर कौर जी भाई साहब भाई सुरिंदर सिंह होरां दे घरों उन्होंने मैनूं हुक्म किया सी मैं आप जी ने शब्द सुनावा आठ पहर सारा है सिरजनहार राती सुनाया सी ओह कहिंदे नहीं उत्थे नहीं इत्थे सुनावा सो जिथे बंदा रहिंदा हुंदा ना उस नाल कहिंदे दीवारां नाल भी मोह हो जांदा तो तुहाडे नाल भी सांझ है इस सतगुरां दे मुबारक दरबार नाल भी उन्हां दी सांझ है सो मैं किसी भी तरह का रिस्क नहीं लैना चाहुंदा मार पएगी मैं भाई साहब कहिंदे होर इन्हां ने कहा शब्द सुनाउण नूं मैं कहा नहीं इहो ही सुनाउणा नहीं तुहानूं भी मार पएगी मैनूं भी पएगी जरूर रल के कुट खाणी तो एक शब्द दा मैं गायन करके समाप्ति करांगा जी आप संगतां दा बहुत बहुत धन्नवाद जो पिछले पांच दिन तो मैं तुसी प्यार दे रहे हो वक् वक् गुरु घरां दे विच मैं जिथे भी जा रहा हाँ आप जी उत्थे स्नेह करते हो तो मैनू बजुर्ग भी मिलते हैं जवान भी मिलते हैं बच्चे भी मिलते हैं तो सारे कहते हैं असं कीर्तन सुनते हैं तुहाडा बड़ी देर तो बचपन तो कीर्तन सुनते तो कई बारी
ਜਿਹੜੇ ਮੇਰੇ ਨਾਲੋਂ ਵੱਡੇ ਆ ਉਹ ਵੀ ਜਦੋਂ ਕਹਿੰਦੇ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਤੁਹਾਡਾ ਕੀਰਤਨ ਸੁਣਦੇ ਹਾਂ ਕਈ ਤਾਂ ਮਹੀਨੇ ਉਹ ਸਾਲ ਵੀ ਦੱਸਦੇ ਮੈਨੂੰ ਮੈਂ ਇੱਕ ਵਾਰੀ ਆਸਟ੍ਰੇਲੀਆ ਗਿਆ ਉੱਥੇ ਮੈਨੂੰ ਇੱਕ ਬਜ਼ੁਰਗ ਮਿਲੇ ਕਹਿੰਦੇ ਜੀ ਮੈਂ ਤੁਹਾਡੇ ਨਾਲ 1962 ਵਿੱਚ ਸ੍ਰੀਨਗਰ ਤਬਲਾ ਵਜਾਇਆ ਸੀ ਤਾਂ ਮੈਂ ਆਪਣੇ ਵੱਲ ਨੂੰ ਦੇਖਾਂ ਮੈਂ ਕਦੋਂ ਕਦਾਂ ਕਿੰਨਾ ਕੁ ਪੁਰਾਣਾ ਅਤੇ ਉਹ ਜਿੱਥੇ ਜਾਣ ਉੱਥੇ ਕਹਿਣ ਮੈਂ ਭਾਈ ਸਾਹਿਬ ਰਾਣਾ ਸ੍ਰੀਨਗਰ ਤਬਲਾ ਵਜਾਇਆ ਸੀ ਅਤੇ ਮੈਂ ਇਹਨਾਂ ਤੋਂ ਪੁਰਾਣਾ ਜਾਣਦਾ ਉਹਨਾਂ ਨੂੰ ਸੋ ਮੈਂ ਇੱਕ ਦਿਨ ਫਿਰ ਉਹਨਾਂ ਘਰ ਵੀ ਬੁਲਾਇਆ ਅਤੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਬੁਲਾ ਲਿਆ ਵੀ ਭਾਈ ਸਾਹਿਬ ਦਾ ਮੈਂ ਸਾਥੀ ਤਾਂ ਫਿਰ ਮੈਨੂੰ ਦੱਸਣਾ ਪਿਆ ਮੈਂ ਕਿਹਾ ਜੀ ਮੇਰਾ ਜਨਮ 1958 'ਚ ਹੋਇਆ ਸੀਗਾ ਅਤੇ 1962 ਵਿੱਚ ਮੈਂ 4 ਸਾਲ ਦਾ ਸੀਗਾ ਵੀ ਤੁਸੀਂ ਤਬਲਾ ਕਿਹਦੇ ਨਾਲ ਵਜਾਇਆ ਇਹ ਮੈਂ ਕਿਹਾ 1980 ਵਿੱਚ ਮੈਂ ਸ੍ਰੀਨਗਰ ਗਿਆ ਸੀ ਆਉਣੇ ਇੱਥੇ ਦੀ ਗੱਲ ਕਾਟਰੇਟ ਮੈਂ ਕੀਰਤਨ ਕਰਕੇ ਨਿਕਲਿਆ ਮੈਨੂੰ ਕਹਿੰਦਾ ਭਾਈ ਸਾਹਿਬ ਮੈਂ ਤੁਹਾਨੂੰ 1974 ਵਿੱਚ ਮਿਲਿਆ ਸੀਗਾ ਮੈਂ ਕਿਹਾ ਜੀ ਕਿੱਥੇ ਕਹਿੰਦੇ ਸ੍ਰੀਨਗਰ ਮੈਂ ਕਿਹਾ ਜੀ ਫਿਰ ਕੀ ਕਰਾਂ ਕਹਿਣਾ ਤਾਂ ਪੈਂਦਾ ਹਾਂਜੀ ਹਾਂਜੀ ਮਿਲੇ ਹੋ ਗਏ ਜ਼ਰੂਰ ਮਿਲੇ ਹੋ ਗਏ ਤੋ ਥੋੜ੍ਹਾ ਜਿਹਾ ਤਰੀਕਾ ਨਾਲ ਫਰਕ ਪੈ ਜਾਂਦਾ ਬਾਕੀ ਮੈਂ ਬਹੁਤ ਪੁਰਾਣਾ ਮੈਨੂੰ 43 ਸਾਲ ਹੋ ਗਏ ਜੀ ਕੀਰਤਨ ਕਰਦੇ ਨੂੰ 1980 5 ਮਈ ਨੂੰ ਮੈਂ ਸ੍ਰੀਨਗਰ ਤੋਂ ਕੀਰਤਨ ਸ਼ੁਰੂ ਕੀਤਾ ਸੀ ਅੱਜ ਤੱਕ ਨਿਰੰਤਰ ਮੈਂ ਤੁਹਾਡਾ ਮਾਣ ਪਾ ਰਿਹਾ ਹਾਂ ਆਪ ਜੀ ਮੈਨੂੰ ਪਿਆਰ ਕਰਦੇ ਹੋ ਅਥਾਹ ਪਿਆਰ ਮਿਲਿਆ ਹੈ ਮੈਨੂੰ ਦੇਸ਼ ਵਿੱਚ ਵਿਦੇਸ਼ ਵਿੱਚ ਰਹਿੰਦਿਆਂ ਹੋਇਆਂ ਸਭ ਗੁਰਸਿੱਖਾਂ ਦਾ ਔਰ ਕੇਵਲ ਸਿੱਖ ਹੀ ਨਹੀਂ ਪਿਆਰ ਕਰਦੇ ਮੈਨੂੰ ਹਿੰਦੂ ਵੀਰ ਵੀ ਬਹੁਤ ਪਿਆਰ ਕਰਦੇ ਹਨ ਔਰ ਮੁਸਲਮਾਨ ਵੀਰ ਵੀ ਬਹੁਤ ਪਿਆਰ ਕਰਦੇ ਹਨ ਸਾਡੇ ਰਮੇਸ਼ ਸਿੰਘ ਜੀ ਖਾਲਸਾ ਪਾਕਿਸਤਾਨ ਤੋਂ ਆਏ ਹੋਏ ਬੈਠੇ ਹੋਏ ਹਨ ਇਹਨਾਂ ਨੇ ਮੈਨੂੰ ਬੁਲਾਇਆ ਪਿਛਲੇ ਸਾਲ ਮੈਂ ਪਾਕਿਸਤਾਨ ਗਿਆ ਔਰ ਉੱਥੇ ਬਹੁਤ ਸਾਰੇ ਸਿੰਧੀ ਵੀਰ ਹਨ ਇਹ ਵੀ ਸਿੰਧੀ ਹਨ ਤੋ ਸਿੰਧੀ ਵੀਰਾਂ ਨੇ ਬਹੁਤ ਪਿਆਰ ਕੀਤਾ ਔਰ ਮੈਂ ਲਾਹੌਰ ਡੇਰਾ ਸਾਹਿਬ ਕੀਰਤਨ ਕਰਨ ਵਾਸਤੇ ਗਿਆ ਉੱਥੇ ਰਾਤ ਨੂੰ ਇੱਕ ਮੈਨੂੰ ਬੱਚੀ ਮਿਲੀ ਔਰ ਮੈਨੂੰ ਕਹਿਣ ਲੱਗੀ ਕਿ ਭਾਈ ਸਾਹਿਬ ਜੀ ਮੈਂ ਮੁਸਲਮਾਨਾਂ ਦੀ ਧੀ ਹਾਂ ਮੁਸਲਮਾਨ ਹਾਂ ਅਤੇ ਮੇਰੇ ਕੋਈ ਗਰੁੱਪ ਦੇ ਵਿੱਚ 400 ਲੋਕ ਹਨ ਅਸੀਂ ਸਾਰੇ ਤੁਹਾਡਾ ਕੀਰਤਨ ਸੁਣਦੇ ਹਾਂ ਤਾਂ ਮੈਨੂੰ ਬੜਾ ਚੰਗਾ ਲੱਗਿਆ ਸੋ ਇਸ ਤਰ੍ਹਾਂ ਕਰਕੇ ਮੈਨੂੰ ਸਾਰੇ ਹੀ ਪਿਆਰ ਕਰਦੇ ਹਨ ਇਹ ਸਾਰੀ ਮੇਰੀ ਕੋਈ ਦਿਆਨਤਦਾਰੀ ਨਹੀਂ ਨਾ ਮੇਰੀ ਕੋਈ ਸਿਆਣਪ ਹੈ ਨਾ ਮੇਰਾ ਕੋਈ ਗੁਣ ਹੈ ਇਹ ਗੁਰੂ ਦੇ ਸ਼ਬਦ ਦੀ ਬਰਕਤ ਹੈ ਇਹੀ ਚਮਤਕਾਰ ਹੈ ਹੋਰ ਦੁਨੀਆ 'ਚ ਕੋਈ ਚਮਤਕਾਰ ਨਹੀਂ ਹੁੰਦਾ ਇੱਕ ਵਾਰੀ ਮੈਂ ਬੰਬੇ ਕੀਰਤਨ ਕਰਨ ਗਿਆ ਅਤੇ ਇੱਕ ਗਰੁੱਪ ਢਾਕੇ ਤੋਂ ਆਇਆ ਸੀਗਾ ਉਹਦੇ ਵਿੱਚ ਕੁਛ ਮੁਸਲਮਾਨ ਬੱਚੇ ਸਨ ਕੁਝ ਸਿੰਧੀ ਸਨ ਕੁਝ ਹਿੰਦੂ ਵੀਰ ਸਨ ਤਕਰੀਬਨ 40-50 ਜਣਿਆਂ ਦਾ ਗਰੁੱਪ ਸੀ ਉਹ ਮੈਨੂੰ ਸਿਰਫ ਮੈਨੂੰ ਦੇਖਣ ਵਾਸਤੇ ਆਏ ਬੜੀ ਪੁਰਾਣੀ ਗੱਲ ਕਰਦਾ ਮੈਂ ਸੋ ਦੇਰ ਤੋਂ ਮੈਨੂੰ ਪਿਆਰ ਮਿਲ ਰਿਹਾ ਹੈ ਤੁਹਾਡਾ ਸੰਗਤਾਂ ਦਾ ਸਭ ਦਾ ਔਰ ਸਤਿਗੁਰੂ ਬਖਸ਼ਿਸ਼ ਕਰ ਮੈਂ 65 ਸਾਲ ਦਾ ਹੋ ਗਿਆ ਜੀ ਲੱਗ ਗਿਆ ਪਤਾ ਨਾ ਤੋ ਅਗਲੇ ਸਾਲ ਮੈਂ 66 ਦਾ ਜਾਣਾ ਸਾਲ ਵੱਧਦੇ ਜਾਣੇ ਨਾ ਅਤੇ ਫਿਰ ਮੈਂ ਤੁਹਾਡੇ ਕੋਲ ਆਵਾਂਗਾ ਸਤਿਗੁਰ ਨੇ ਚਾਹਿਆ ਤਾਂ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਜੀ ਤੋ ਜਿਤਨਾ ਸਮਾਂ ਮੈਂ ਤੁਹਾਡੇ ਨਾਲ ਗੁਜ਼ਾਰਿਆ ਹੈ ਮੈਂ ਖੁਸ਼ ਹਾਂ ਔਰ ਮੈਂ ਉਮੀਦ ਕਰਦਾ ਹਾਂ ਕਿ ਆਪ ਜੀ ਨੇ ਵੀ ਸਤਿਗੁਰ ਦੀ ਬਾਣੀ ਦਾ ਗਾਇਨ ਕਰਕੇ ਸਤਿਗੁਰਾਂ ਦੀ ਗੋਦ ਦਾ ਆਨੰਦ ਮਾਣ ਕੇ ਖੁਸ਼ੀਆਂ ਹਾਸਿਲ ਕੀਤੀਆਂ ਹੋਈਆਂ ਔਰ ਇਹੀ ਆਤਮਾ ਦਾ ਸਕੂਨ ਹੈ ਅਸਲ ਵਿੱਚ ਇਹੀ ਸੁੱਖ ਹੈ ਜੋ ਪਦਾਰਥਾਂ ਦਾ ਸੁੱਖ ਹੈ ਨਾ ਜੋ ਕੁਝ ਸਮੇਂ ਵਾਸਤੇ ਹੁੰਦਾ ਇਸੇ ਕਰਕੇ ਸੰਸਾਰ ਦੇ ਸੁੱਖਾਂ ਨੂੰ ਝੂਠਾ ਕਿਹਾ ਹੈ ਸੰਸਾਰਕ ਸੁੱਖ ਜਿਹੜੇ ਹਨ ਪਦਾਰਥਾਂ ਦੇ ਉਹ ਜਿਵੇਂ ਜਿਵੇਂ ਪਦਾਰਥ ਪੁਰਾਣਾ ਹੁੰਦਾ ਜਾਂਦਾ ਤਿਵੇਂ ਤਿਵੇਂ ਸੁੱਖ ਘੱਟਦਾ ਜਾਂਦਾ ਘਰ ਲੈ ਲਈਏ ਨਵਾਂ ਲਿਆ ਬੜਾ ਚਾਅ ਹੁੰਦਾ ਦੋਸਤਾਂ ਮਿੱਤਰਾਂ ਨੂੰ ਵੀ ਬੁਲਾਉਂਦੇ ਹਾਂ ਸਾਲ ਕੁ ਬਾਅਦ ਉਹੀ ਘਰ ਪੁਰਾਣਾ ਲੱਗਣ ਲੱਗ ਪੈਂਦਾ ਹੌਲੀ ਹੌਲੀ ਉਹ ਜਿਹੜਾ ਚਾਅ ਘੱਟਦਾ ਜਾਂਦਾ ਗੱਡੀ ਲੈ ਲਈਏ ਦੋਸਤਾਂ ਮਿੱਤਰਾਂ ਨੂੰ ਬੁਲਾਉਂਦੇ ਹਾਂ ਮੇਰੀ ਗੱਡੀ ਵਿੱਚ ਬੈਠ ਫਿਰ ਹੌਲੀ ਹੌਲੀ ਪੁਰਾਣੀ ਹੁੰਦੀ ਪਰ ਵਾਹਿਗੁਰੂ ਦੇ ਸਿਮਰਨ ਦੀ ਬਰਕਤ ਬਾਣੀ ਦੀ ਬਰਕਤ ਇਹ ਹੈ ਕਿ ਜਿਵੇਂ ਜਿਵੇਂ ਬਾਣੀ ਸਮਝ ਪੈਂਦੀ ਹੈ ਤਿਵੇਂ ਤਿਵੇਂ ਬਾਣੀ ਨਵੀਂ ਹੋਈ ਜਾਂਦੀ ਨਾਮ ਨਵਾਂ ਹੋਈ ਜਾਂਦਾ ਸਾਹਿਬ ਮੇਰਾ ਨੀਤ ਨਵਾਂ ਜਿਵੇਂ ਜਿਵੇਂ ਰੋਜ਼ ਰੋਜ਼ ਆਪਾਂ ਬਾਣੀ ਦਾ ਅਭਿਆਸ ਕਰਦੇ ਹਾਂ ਉਸ ਮਾਲਕ ਦੀ ਬੰਦਗੀ ਨਾਲ ਜੁੜਦੇ ਹਾਂ ਤਿਵੇਂ ਤਿਵੇਂ ਨਵਾਂਪਣ ਆਉਂਦਾ ਜਾਂਦਾ ਹੈ ਸਮਝ ਪੈਂਦੀ ਜਾਂਦੀ ਹੈ ਕਿ ਕੱਲ੍ਹ ਕੁਛ ਹੋਰ ਸਾਂ ਅੱਜ ਕੁਝ ਹੋਰ ਹਾਂ ਬਦਲਾਅ ਆਉਂਦਾ ਜਾਂਦਾ ਹੈ ਜ਼ਿੰਦਗੀ ਦੇ ਵਿੱਚ ਸੋ
ਸਥਾਈ ਸੁੱਖ ਜੋ ਹੈ ਉਹ ਨਾਮ ਵਿੱਚ ਹੈ, ਪ੍ਰਭੂ ਦੀ ਯਾਦ ਵਿੱਚ ਹੈ, ਉਸਦੇ ਸਿਮਰਨ ਵਿੱਚ ਹੈ। ਆਓ ਜੀ, ਇਹ ਸ਼ਬਦ ਦਾ ਮੈਂ ਗਾਇਨ ਕਰਕੇ ਆਪ ਸੰਗਤ ਕੋਲੋਂ ਖਿਮਾ ਦੀ ਯਾਚਨਾ ਕਰਾਂਗਾ। ਕੁਝ ਹੋਰ ਵੀ ਸ਼ਬਦ ਸੁਣਾਉਣ ਵਾਸਤੇ ਮੈਨੂੰ ਹੁਕਮ ਤਾਂ ਹੋਈ ਸੀ, ਪਰ ਹੁਣ ਸਮਾਂ ਵੀ ਸੀਮਿਤ ਹੈ, ਤੋ ਮੈਂ ਵੀ ਜਾਣਾ ਹੈ, ਨਿਊਯਾਰਕ ਜਾਣਾ, ਮੇਰੀ ਪਰਸੋਂ ਨੂੰ ਫਲਾਈਟ ਹੈ, ਮੈਂ ਇੰਡੀਆ ਜਾਣਾ। ਜਾਣਾ ਕਿਸੇ ਨੇ? ਬੜੀਆਂ ਮੌਜਾਂ ਉੱਥੇ, ਉੱਥੇ ਦੀਆਂ ਰੌਣਕਾਂ ਵੱਖਰੀਆਂ ਹੀ ਆ। ਵਿਹਲੇ ਰਹਿੰਦੇ ਲੋਕ, ਪੁੱਛੀ ਜਾਣਗੇ ਜਿਹੜਾ ਇੱਕ ਹੀ ਬੰਦਾ ਕੰਮ ਕਰਦਾ ਤਾਂ ਬਾਕੀ ਪੰਜ ਛੇ ਜਾਣੇ ਵਿਹਲੇ ਹੁੰਦੇ, ਇੱਕ ਨੂੰ ਕਹੀ ਜਾਣਗੇ ਤੂੰ ਲੇਟ ਨਹੀਂ ਹੋ ਗਿਆ ਕੰਮ ਤੋਂ, ਉਹਨੂੰ ਸਾਰੀ ਹਦਾਇਤਾਂ ਕਰੀ ਜਾਣਗੇ, ਟਾਈਮ ਸਿਰ ਜਾ ਰਿਹਾ ਤੂੰ, ਲੇਟ ਤਾਂ ਨਹੀਂ ਹੋ ਰਿਹਾ, ਘਰੇ ਬੈਠੇ ਤੂੰ। ਬੜੀਆਂ ਮੌਜਾਂ ਉਹਨਾਂ ਨਾਲ ਗੱਪਾਂ ਮਾਰਨ ਦਾ, ਚੁਗਲੀਆਂ ਕਰਨ ਦਾ ਬੜਾ ਆਨੰਦ ਹੁੰਦਾ, ਮੈਂ ਜਾ ਰਿਹਾ ਚੁਗਲੀਆਂ ਕਰਨ। ਆਓ ਜੀ, ਇਹ ਸ਼ਬਦ ਦਾ ਗਾਇਨ ਕਰਕੇ ਆਪ ਸੰਗਤ ਕੋਲੋਂ ਮੈਂ ਖਿਮਿਆਂ ਦੀ ਯਾਚਨਾ ਕਰਾਂਗਾ। ਆਠ ਪਹਿਰ ਸਾਲਾ ਹੈ ਸਿਰਜਣਹਾਰ ਤੂੰ, ਜੀਵਾ ਤੇਰੀ ਦਾਤ ਕਿਰਪਾ ਕਰੋ। ਆਠ ਪਹਿਰ ਸਾਲਾ ਹੈ ਸਿਰਜਣਹਾਰ ਤੂੰ, ਜੀਵਾ ਤੇਰੀ ਦਾਤ ਕਿਰਪਾ ਕਰੋ। ਆਠ ਪਹਿਰ ਸਾਲਾ ਹੈ ਸਿਰਜਣਹਾਰ ਤੂੰ, ਜੀਵਾ ਤੇਰੀ ਦਾਤ ਕਿਰਪਾ ਕਰੋ। ਹੱਬੇ ਥੋਕ ਵਿਸਾਰ ਹਿੱਕੋ ਗੱਲ ਕਰ, ਝੂਠਾ ਨਾ ਹਿਕਮਾਨ ਮਨ ਤਨ ਰੂਪ ਦਾਰ। ਹੱਬੇ ਥੋਕ ਵਿਸਾਰ ਹਿੱਕੋ ਗੱਲ ਕਰ, ਝੂਠਾ ਨਾ ਹਿਕਮਾਨ ਮਨ ਤਨ ਰੂਪ ਦਾਰ। ਆਠ ਪਹਿਰ ਸਾਲਾ ਹੈ ਸਿਰਜਣਹਾਰ ਤੂੰ, ਜੀਵਾ ਤੇਰੀ ਦਾਤ ਕਿਰਪਾ ਕਰੋ। ਆਠ ਪਹਿਰ ਸਾਲਾ ਹੈ ਸਿਰਜਣਹਾਰ ਤੂੰ, ਜੀਵਾ ਤੇਰੀ ਦਾਤ ਕਿਰਪਾ ਕਰੋ। ਕੰਮ ਕਮਾਏ ਜਿਤ ਮੁਖ ਉਜਲਾ, ਸੋਈ ਲੱਗੈ ਸੱਚ ਜਿਸ ਤੋਂ ਦੇ ਅਲਾ। ਸੋਈ ਕੰਮ ਕਮਾਏ ਜਿਤ ਮੁਖ ਉਜਲਾ, ਸੋਈ ਲੱਗੈ ਸੱਚ ਜਿਸ ਤੋਂ ਦੇ ਅਲਾ। ਆਠ ਪਹਿਰ ਸਿਰਜਣਹਾਰ ਤੂੰ, ਜੀਵਾ ਤੇਰੀ ਦਾਤ ਕਿਰਪਾ ਕਰੋ। ਆਠ ਪਹਿਰ ਸਾਲਾ ਹੈ ਸਿਰਜਣਹਾਰ ਤੂੰ, ਜੀਵਾ ਤੇਰੀ ਦਾਤ ਕਿਰਪਾ ਕਰੋ। ਟਹੰਦੋ ਮੂਲ ਸੋ ਘਰ ਨਾਸ ਕਰ, ਹਿੱਕੋ ਜਿਤ ਵਸਾਏ ਕਦੇ ਨਾ ਜਾਏ ਮਾਰ। ਜੋ ਨਾ ਟਹੰਦੋ ਮੂਲ ਸੋ ਘਰ ਨਾਸ ਕਰ, ਹਿੱਕੋ ਜਿਤ ਵਸਾਏ ਕਦੇ ਨਾ ਜਾਏ ਮਾਰ। ਆਠ ਪਹਿਰ ਸਾਲਾ ਹੈ ਸਿਰਜਣਹਾਰ ਤੂੰ, ਜੀਵਾ ਤੇਰੀ ਦਾਤ ਕਿਰਪਾ ਕਰੋ। ਆਠ ਪਹਿਰ ਸਾਲਾ ਹੈ ਸਿਰਜਣਹਾਰ ਤੂੰ, ਜੀਵਾ ਤੇਰੀ ਦਾਤ ਕਿਰਪਾ ਕਰੋ।
प्यारा राम जो प्रभ मानिया गुर प्रसाद अकत नान गवा खाणिया बिना प्यारा राम जो प्रभ मानिया गुर प्रसाद अकत नान गवा खाणिया आठ पहर साला है सिरजनहार तू जीवा तेरी दात कृपा करो आठ पहर साला है सिरजनहार तू जीवा तेरी दात कृपा करो जीवा तेरी दात ਪ੍ਰਭਜੀਤ ਸਿੰਘ ਪਹਿਲਾਂ ਮੈਨੂੰ ਜਕਾਰਾ ਬੁਲਾਇਆ ਮੇਰੇ ਨਾਲ ਪ੍ਰੇਮ ਕਰਦਾ ਹੈ ਤੋ ਇਸ ਬੇਟੇ ਦਾ ਵੀ ਬਹੁਤ ਧੰਨਵਾਦ ਪਿਛਲੀ ਵਾਰੀ ਮੈਂ ਜਦੋਂ ਆਇਆ ਸੀ ਇਹਨਾਂ ਨੇ ਹੀ ਸਾਰਾ ਇੰਤਜ਼ਾਮ ਕੀਤਾ ਸੀਗਾ ਤੋ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਕਰਨਾਲ ਗਿਆ ਕੀਰਤਨ ਕਰਨ ਵਾਸਤੇ ਉੱਥੇ ਮੈਨੂੰ ਕਹਿੰਦੇ ਜੀ ਉਹ ਜੇ ਪਹਿਲਾਂ ਸੀ ਨਾ ਜਿਹੜੇ ਜਵਾਨੀ ਵੇਲੇ ਤੁਸੀਂ ਸ਼ਬਦ ਗਾਉਂਦੇ ਸੀ ਉਹ ਗਾਇਓ ਮੈਂ ਕਿਹਾ ਜੀ ਸ਼ਬਦ ਤਾਂ ਮੈਂ ਉਗਾ ਦਾਂਗਾ ਜਵਾਨੀ ਕਿੱਥੋਂ ਲਿਆਵਾਂਗਾ ਅਸਲ ਵਿੱਚ ਮੇਰਾ ਜ਼ੋਰ ਲਵਾਉਣਾ ਸੀ ਉਹਨਾਂ ਨੇ ਤੋ ਫਿਰ ਵੀ ਆਪ ਸੰਗਤ ਦੀ ਅਸੀਸ ਨਾਲ ਮੈਂ ਜਿਹੋ ਜਿਹਾ ਵੀ ਗਾਇਆ ਆਪ ਜੀ ਨੇ ਸਹਿਯੋਗ ਦਿੱਤਾ ਉਸ ਨੂੰ ਪ੍ਰਵਾਨ ਕਰਿਓ ਫੁੱਲਾਂ ਚੁੱਕਾਂ ਲਿਖੇ ਮੈਂ ਅਨੰਦ ਸਾਹਿਬ ਦਾ ਮਿਲ ਜੁਲ ਜਾਪ ਕਰੀਏ ਜੀ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਮੈਂ ਜੇ ਤੁਸੀਂ ਜਦੋਂ ਵਰਕਿੰਗ ਡੇ ਵਿੱਚ ਆਉਂਦੇ ਹੋ ਤਾਂ ਮੈਨੂੰ ਬੜੀ ਗੱਲ ਚੰਗੀ ਲੱਗਦੀ ਹੈ ਕਿ ਆਪ ਜੀ ਆਪਣੇ ਰੁਝੇਵਿਆਂ ਵਿੱਚ ਮੈਂ ਕੱਲ੍ਹ ਬੇਟਾ ਅਮਨ ਸਿੰਘ ਨਾਲ ਗੱਲ ਕਰ ਰਿਹਾ ਸੀ ਕਿ ਇੱਥੇ ਮੈਂ ਕਿਉਂਕਿ ਮੈਨੂੰ 7-8 ਸਾਲ ਹੋ ਗਏ ਵਿਚਰਦੇ ਨੂੰ ਮੈਂ ਹੁਣ ਸਾਰੀ ਹਾਲਾਤ ਨੂੰ ਮੈਂ ਜਾਣਦਾ ਹਾਂ ਸਵੇਰੇ ਪਹਿਲਾਂ ਟ੍ਰੈਫਿਕ ਵਿੱਚੋਂ ਆਪਣਾ ਸਫ਼ਰ ਕਰਕੇ ਜੌਬ 'ਤੇ ਪਹੁੰਚਣਾ ਉੱਥੇ 8-9 ਘੰਟੇ ਦੀ ਜੌਬ ਕਰਨੀ ਫਿਰ ਵਾਪਸ ਆਉਣਾ ਲੰਬਾ ਸਫ਼ਰ ਕਰਕੇ ਘਰ ਆਣ ਕੇ ਤਿਆਰ ਹੋ ਕੇ ਗੁਰਦੁਆਰੇ ਆਉਣਾ ਗੁਰਦੁਆਰੇ ਆਉਣ ਦਾ ਚਾਅ ਇਹ ਬੜੀ ਸਖਤ ਘਾਲਣਾ ਹੈ ਔਰ ਮੈਂ ਇਸ ਗੱਲ ਨੂੰ ਮੈਂ ਦੇਖਦਿਆਂ ਹੋਇਆ ਮੈਂ ਸੰਗਤ ਵਿੱਚ ਅਕਸਰ ਕਹਿੰਦਾ ਰਹਿੰਦਾ ਹਾਂ ਕਿ ਮੈਂ ਇੱਕ ਕੀਰਤਨੀ ਹੋਣ ਦੇ ਨਾਤੇ ਸਾਹਿਬ ਦੀ ਕੀਰਤੀ ਦਾ ਸਦਕਾ ਮੈਂ ਸ਼ਾਬਾਸ਼ ਦਿੰਦਾ ਹਾਂ ਔਰ ਮੇਰਾ ਵਿਸ਼ਵਾਸ ਹੈ ਅਕੀਦਾ ਹੈ ਮੇਰਾ ਸਤਿਗੁਰੂ ਦੇ ਸ਼ਬਦ 'ਤੇ ਕਿ ਤੁਹਾਡੇ ਇਹ ਜੋ ਘਾਲਣਾ ਹੈ ਇਹ ਜੋ ਤੁਹਾਡੀ ਮਿਹਨਤ ਹੈ ਕਦੇ ਵੀ ਜਾਇਆ ਨਹੀਂ ਜਾਏਗੀ ਇਸ ਦਾ ਫਲ ਜ਼ਰੂਰ ਮਿਲੇਗਾ ਸਕੂਨ ਮਿਲੇਗਾ ਸਤਿਗੁਰੂ ਬਖਸ਼ਿਸ਼ ਕਰੇ ਜੀ ਆਓ ਅਨੰਦ ਸਾਹਿਬ ਦਾ ਜਾਪ ਕਰੀਏ ਪ੍ਰੰਤ ਸਮਾਪਤ ਰਾਮਕਲੀ ਮਹਿਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਪਾਇਆ ਸਹਿਜ ਸਹਿਤੇ ਮਨ ਦਿਆ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਉਣ ਆਇਆ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਟ ਸਭ ਸਵਾਰਨਾ ਸਭਨਾਗਲਾ ਸਮਰੱਥ ਸੁਆਮੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਰਾਧਾਰੋ ਸਾਜਨਾ ਮੈਂ ਆਧਾਰ ਮੇਰਾ ਦਿਲ ਭੁੱਖਾਂ ਸਭ ਗਵਾਇਆ ਹਰ ਸ਼ਾਂਤ ਸੁਖ ਮਨ ਹੈ ਵਸਿਆ ਜਿਨ ਇੱਛਾ ਸਭ ਪਜਾਈਆ ਸਦਾ ਗੁਰਬਾਣ ਕਿਤਾ ਗੁਰ ਵਿੱਚੋ ਜਿਸ ਦੀਆਂ ਇਹ ਵਡਿਆਇਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਸ਼ਬਦ
कर सुबागे कर सुबागे शब्द वाज कला जित कर तारिया पंच दूत तुदवास कीते काल कंठ तुम्हारिया और करम पाया तुझ जिनको से नाम हर कहलागे कह नानक तैस को आज कर अनहद वाज अंत सुनो वट पागियो सगल मनोरथ पूरे पार ब्रह्म प्रपाया उतरे सगल सूरे दुख रोग संता पुत्रे सुनी सच्ची बाणी संत साजन भय सर से पूरे गुड़ते जानी ते पुनीत कहते पुनीत सतगुर ने आप पूरे बिन वंत नारद पुर चरण लागे वाजे अनहद पूरे सुनो इस रात दुदाई दया खेला सगल जगत चंगियाया बुरियाया वाचा धर्म दूर करमी आपो आपनी के नेड़े के दूर नाम ते आया गए मुशक्त काल नानक ते मुख उजले के ती चुपी नाल वाहिगुरु जी ने नाम ते आया गए मुशक्त काल नानक ते मुख उजले के ती चुपी नाल वाहिगुरु जी का खालसा वाहिगुरु जी की फतेह।